ਵੀ ਨਾ ਬੰਦਾ ਕਾਮਯਾਬ ਬੰਦਾ ਹਮੇਸ਼ਾ ਹੀ ਮੌਕਾ ਲੱਭਦਾ ਵਾ ਤੇ ਨਕਾਮ ਬੰਦਾ ਹਮੇਸ਼ਾ ਹੀ ਬਹਾਨੇ ਲੱਭਦਾ ਹੁਣ ਮੈਂ ਤੁਹਾਨੂੰ ਗੱਲ ਸੁਣਾਉਣੀ ਬੜੀ ਮਜ਼ੇਦਾਰ ਗੱਲ ਆ ਤੇ ਗੱਲ ਸੁਣ ਕੇ ਯਾਰ ਕਮੈਂਟ ਵੀ ਮੇਰੇ ਦੋਸਤੋ ਕਰਿਆ ਕਰੋ ਮੇਰੇ ਚੈਨਲ ਨੂੰ ਲਾਈਕ ਵੀ ਕਰੋ ਔਰ ਸਬਸਕ੍ਰਾਈਬ ਵੀ ਕਰਿਆ ਕਰੋ ਮੇਰੀ ਗੱਲ ਜਿਹੜੀ ਮੈਂ ਦੱਸਦਾ ਉਹਦੇ ਬਾਰੇ ਚ ਮੈਨੂੰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦੀ ਲੱਗੀ ਗੱਲ ਜਿਹੜਾ ਨਾ ਕਾਮਯਾਬ ਬੰਦਾ ਵਾ ਹਮੇਸ਼ਾ ਹੀ ਮੌਕਾ ਲੱਭਦਾ ਤਿੰਨ ਕਾਮ ਬੰਦਾ ਹਮੇਸ਼ਾ ਹਾਲਾਤ ਦੇ ਰੋਣੇ ਰੋਏਗਾ ਉਹੋ ਜੇ ਆ ਨਾ ਹੁੰਦਾ ਐਂਜੋ ਜਾਣੀ ਸੀ ਆ ਨਾ ਹੁੰਦਾ ਤੇ ਉਹ ਹਮੇਸ਼ਾ ਹੀ ਰੋਣੇ ਹੀ ਰੋਊਗਾ ਉਹ ਮੌਕ ਤਲਾਸ਼ ਮੋ ਮੌਕਾ ਨਹੀਂ ਉਹ ਹਮੇਸ਼ਾ ਬਹਾਨਾ ਹੀ ਤਲਾਸ਼ ਕਰੂਗਾ ਕਿ ਯਾਰ ਕਿਸੇ ਤਰੀਕੇ ਨਾਲ ਕੋਈ ਬਹਾਨਾ ਲੱਗ ਜੇ ਇੱਕ ਬੰਦਾ ਸੀ ਤੇ ਉਹਨੇ ਨਾ ਘੋੜਾ ਵੇਚਣਾ ਸੀ ਉਹਨੇ ਹੁਣ ਵਪਾਰੀ ਲਵਾਏ ਵੀ ਮੈਂ ਘੋੜਾ ਵੇਚਣਾ ਆਜੋ ਘੋੜਾ ਲੈ ਲਵੋ ਹੁਣ ਤੂੰ ਆ ਮੈਂ ਆ ਜਿਹੜੇ ਜਿਹੜੇ ਵਪਾਰੀ ਸੀ ਸਾਰੇ ਆਏ ਉਹਨਾਂ ਨੇ ਆਣ ਕੇ ਵੇਖਿਆ ਇੱਕ ਨੇ ਉਹਨੂੰ ਕਿਹਾ ਜੀ ਮੈਂ ਇਹਦਾ 1500 ਰੁਪਇਆ ਦੇਣਾ ਉਹ ਕਹਿੰਦਾ ਵੀ 1500 ਨਹੀਂ ਯਾਰ 2000 ਰੁਪਇਆ ਲੈਣਾ ਆਖੇ ਨਹੀਂ 1500 ਦੇਣਾ ਕਿਸਾ ਮੋਸਸ ਦੀ ਉਹਨਾਂ ਦਾ ਸੌਦਾ ਨਾ ਬਣਿਆ ਉਹ 1500 ਤੇ ਆੜਿਆ 2000 ਤੇ ਕਹਿੰਦਾ ਮੈਂ ਵੇਚਣਾ ਹੀ ਨਹੀਂ ਯਾਰ ਕੋੜਾ ਉਹ ਚਲਾ ਗਿਆ ਵਾਪਸ ਜਿਸ ਟਾਈਮ ਵਾਪਸ ਚਲਾ ਗਿਆ ਤੇ ਉਹਨੇ ਹੁਣ ਹਿਸਾਬ ਤਾਂ ਵੇਖਿਆ ਉਹਨੇ ਕਿ ਨਹੀਂ ਵੀ ਗਿਆ ਚੱਲ ਅੱਛਾ ਤੁਰਿਆ ਫਿਰੇ ਜਿਸ ਵੇਲੇ ਸ਼ਾਮ ਪਈ ਨਾ ਤੇ ਘੋੜਾ ਮਰ ਗਿਆ ਜਿਸ ਟਾਈਮ ਘੋੜਾ ਮਰ ਗਿਆ ਤੇ ਉਹ ਹੁਣ سوچਿਆ ਵੀ ਯਾਰ ਮੈਂ ਵੇਚ ਹੀ ਦੇ ਦਾਂ ਚੰਗਾ ਚਲੋ ਉਹਨੇ ਕਹ ਜਿਹੜਾ ਮੈਨੂੰ ਪੈਸੇ ਲਾ ਗਏ ਨੇ ਉਹਦੇ ਨਾਲ ਜਾਣਾ ਵਜੇ ਕਈ ਬੰਦੇ ਬੜੇ ਦਾਈ ਵੀ ਹੁੰਦੇ ਆ ਨਾ ਮੈਂ ਕਹ ਦਾਈ ਬੰਦੇ ਦਾ ਬਣਦਾ ਕੁਛ ਨਹੀਂ ਲੇਕਿਨ ਉਹਨੇ ਆਪਣਾ ਨਾ ਕਰੈਡ ਮਾਰੋ ਗਿਆ ਉੱਥੇ ਜਾ ਕੇ ਉਹਨੂੰ ਕਹਿੰਦਾ ਯਾਰ ਲੈ ਆ 1500 ਰੁਪਇਆ ਤੇਰਾ ਮੇਰਾ 1500 ਜੀ ਡਨ ਹੋ ਗਿਆ ਘੋੜਾ ਤੇਰਾ ਹੋ ਗਿਆ ਉਹ ਕਹਿੰਦਾ ਚਲੋ ਠੀਕ ਆ ਉਹਨੇ ਕਹ ਭਾਈ ਘੋੜਾ ਲੈ ਉਹਨੇ ਕਹ ਤੂੰ ਪੈਸੇ ਲੈ ਜਾ ਹੁਣ ਸ਼ਾਮ ਪੈ ਗਈ ਹੈ ਤੇ ਘੋੜਾ ਜਿਹੜਾ ਨਾ ਮੈਂ ਸਵੇਰ ਨੂੰ ਲੈ ਆਉਂਗਾ ਉਨੇ ਕਾ ਚਲੋ ਜੀ ਘੋੜਾ ਤੇਰਾ ਹੋ ਗਿਆ ਉਹਨੇ ਕਾ ਜੀ ਠੀਕ ਆ ਉਹਨੇ ਪੈਸੇ ਫੜੇ ਜੇਬੀ ਚ ਪਾਏ ਆ ਗਿਆ ਹੁਣ ਸਵੇਰ ਨੂੰ ਜਿਸ ਵੇਲੇ ਗਿਆ ਨਾ ਤੇ ਜਾ ਕੇ ਵੇਖਿਆ ਤਾਂ ਉਹਨੇ ਕਾ ਕਿੱਥੇ ਘੋੜਾ ਉਹਨੇ ਕਾ ਜੀ ਆਹ ਤੇਰਾ ਘੋੜਾ ਉਹਨੇ ਕਾ ਇਹ ਤੇ ਮਰਿਆ ਪਿਆ ਉਹਨੇ ਕਾ ਜੀ ਹੁਣ ਮਰ ਗਿਆ ਤੇਰਾ ਸਾਨੂੰ ਕੀ ਲੱਗੇ ਤੂੰ ਲੈ ਜਾਂਦਾ ਜੇ ਦਿਲ ਕਰਦਾ ਉਹਨੇ ਕਾ ਚਲੋ ਅੱਛਾ ਕੋਈ ਗੱਲ ਨਹੀਂ ਉਹਨੇ ਕਾ ਯਾਰ ਫਿਰ ਮੇਰੇ ਨਾਲ ਘੋੜਾ ਜਿਹੜਾ ਨਾ ਇਹ ਲਦਾਓ ਤੁਸੀਂ ਗੱਡੀ ਗੁੱਡੀ ਕੋਈ ਇਥੋਂ ਮਂਗਾ ਤੇ ਮੈਂ ਇਹਨੂੰ ਲੱਦ ਕੇ ਲੈ ਆਇਆ ਨਾ ਉਹਨੂੰ ਕੋਈ ਚੀਜ਼ ਮਂਗਾਈ ਗੱਡੀ ਜਿਹੜੀ ਵੀ ਚੀਜ਼ ਅਵੇਲੇਬਲ ਕੀਤੀ ਉਹਨੇ ਘੋੜਾ ਉਹਦੇ ਚ ਲੱਦਿਆ ਲੱਦ ਕੇ ਤੇ ਲੈ ਗਿਆ ਹੁਣ ਉਹਨੇ ਘੋੜਾ ਅੰਦਰ ਰੱਖ ਕੇ ਨਾ ਤੇ ਕਿਸਮਤ ਪੁੜੀਆਂ ਬਣਾਈਆਂ ਉਹ ਹੁਣ ਹਰ ਬੰਦੇ ਨੂੰ ਕਹਿਣ ਲੱਗਾ ਵੀ 100 ਰੁਪਏ ਦੀ ਕਿਸਮਤ ਪੁੜੀ ਆ ਤੇ ਜਿਹਨੂੰ ਨਿਕਲ ਆਇਆ ਉਹਨੂੰ ਘੋੜਾ ਨਾਮ ਆ ਉਹਨੂੰ ਮੈਂ ਜਿਹਨੂੰ ਘੋੜਾ ਨਿਕਲ ਆਇਆ ਇੱਕ ਵਿੱਚ ਵਿੱਚ ਘੋੜਾ ਪਾਇਆ ਵਾ ਕਿਸਮਤ ਪੁੜੀ ਤੇ ਲਿਖਿਆ ਜਿਹਨੂੰ ਨਿਕਲ ਆਇਆ ਨਾ ਉਹਨੂੰ ਘੋੜਾ ਨਾਮ ਚ ਦੇ ਦੇਣਾ ਮੈਂ ਜਿਹੜੀ ਵੀ ਕਿਸਮਤ ਪੁੜੀ ਨਿਕਲ ਆਈ ਲਿਆਦਾ 100 ਰੁਪਏ ਦੀ ਇੱਕ ਵਾ ਤੇ ਜਿਹਦੀ ਨਿਕਲ ਆਈ ਉਹਨੂੰ ਘੋੜਾ ਤੋਂ ਮੈਂ ਇੱਕ ਗੱਲ ਦੱਸ ਦਵਾਂ ਜਿਹੜਾ ਸ਼ਾਖ ਤੇ ਬੈਠਾ ਪਰਿੰਦਾ ਹੁੰਦਾ ਨਾ ਉਹ ਕਦੀ ਸ਼ਾਖ ਦਾ ਮੁਹਤਾਜ ਨਹੀਂ ਹੁੰਦਾ ਕਿ ਸ਼ਾਖ ਕਮਜ਼ੋਰ ਹੋਵੇ ਜਾਂ ਮੋਟੀ ਜਿਸ ਤਰ੍ਹਾਂ ਮਰਜ਼ੀ ਉਹ ਉਹਨੂੰ ਆਪਣੇ ਪਰਾਂ ਤੇ ਮਾਣ ਹੁੰਦਾ ਵਾ ਇਸੇ ਤਰ੍ਹਾਂ ਹੀ ਕਾਮਯਾਬ ਬੰਦੇ ਨੂੰ ਆਪਣੀ ਗੱਲ ਤੇ ਆਪਣੀ ਕਾਮਯਾਬੀ ਤੇ ਮਾਣ ਹੁੰਦਾ ਕਿ ਇਨਸ਼ਾ ਅੱਲਾਹ ਤਾਲਾ ਕੋਈ ਗੱਲ ਨਹੀਂ ਮੈਂ ਕੰਮ ਕਰਾਂਗਾ ਅੱਲਾਹ ਪਾਕ ਮੇਰਾ ਆਪੇ ਫਾਇਦਾ ਕਰੇਗਾ ਕੋਈ ਮਸਲਾ ਨਹੀਂ ਉਹਨੇ ਹੁਣ ਚੋਂ ਕਿ ਉਹਥੇ ਜਾ ਕੇ ਕਿਸਮਤ ਪੂਰੀ ਰੱਖ ਦਿੱਤੀ ਉਹਨੇ ਕਹੇ ਜੀ ਜਿਹਦਾ ਨਿਕਲਿਆ ਉਹਨੂੰ ਘੋੜਾ ਦੇਣਾ ਠੀਕ ਹੋ ਗਿਆ ਉਹ ਹੁਣ ਨਾ ਉਹਦੀਆਂ ਕਿਸਮਤ ਪੁੜੀਆਂ ਵਿਕਣ ਲੱਗ ਪਈ ਉਹ 20 ਤੋਂ 22 ਬੰਦਿਆਂ ਨੇ ਕਿਸਮਤ ਪੁੜੀਆਂ ਲੈ ਲਈਆਂ ਨਾ ਜਿਸ ਟਾਈਮ ਉਹ 100 ਰੁਪਇਆ ਲਵੇ ਕਿਸਮਤ ਪੁੜੀ ਦਵੇ ਜਦੋਂ 22ਵੇਂ ਬੰਦੇ ਨੇ ਲਈ ਤੇ ਉਹਨੂੰ ਘੋੜਾ ਨਿਕਲ ਆਇਆ ਜਿਸ ਟਾਈਮ ਘੋੜਾ ਨਿਕਲਣ ਦਾ ਭਾਈ ਮੇਰਾ ਘੋੜਾ ਨਿਕਲ ਆਇਆ ਵਾ ਉਹਨੇ ਕਹਿਆ ਤੇਰਾ ਘੋੜਾ ਨਿਕਲ ਆਇਆ ਭਾਈ ਸਤ ਬਿਸਮਿਲਲਾਹ ਆ ਜੈ ਤੈਨੂੰ ਘੋੜਾ ਦੇਣਾ ਵਾ ਉਹ ਗਿਆ ਜਾ ਕੇ ਉਹਨੂੰ ਕਹਿੰਦਾ ਆ ਲੈ ਫੜਾ ਤੇਰਾ ਘੋੜਾ ਉਹਦੇ ਨਾਲ ਲੜਨ ਲੱਗ ਪਿਆ ਯਾਰ ਇਹ ਤੂੰ ਕਿਹੜਾ ਕੰਮ ਕੀਤਾ ਵਾ ਤੂੰ ਤੇ ਘੋੜਾ ਤੇ ਮਰਿਆ ਇਹ ਉਹਨੇ ਕਹਿਆ ਮੈਂ ਇਹ ਤੇ ਨਹੀਂ ਸੀ ਲਿਖਿਆ ਕਿ ਘੋੜਾ ਜ ਮੈਂ ਘੋੜਾ ਕਿਹਾ ਸੀ ਤੇ ਆ ਘੋੜਾ ਹੀ ਲੈ ਲਾ ਤੇ ਜੇ ਭਰਾਵਾ ਬਹੁਤੀ ਗੱਲ ਹੈ ਤੇ ਤੂੰ ਆਪਣਾ ਲੈ 100 ਰੁਪਇਆ ਲੈ ਲਾ ਤੇ ਗੱਲ ਮੁੱਕ ਗਈ ਉਹਨੇ ਕਹੇ ਤੂੰ ਮੇਰਾ 100 ਰੁਪਇਆ ਦੇ ਤੇ ਮੈਂ ਘੋੜਾ ਕਿ ਕਰਨਾ ਉਹਨੇ ਉਹ 100 ਰੁਪਇਆ ਉਹਦਾ ਵਾਪਸ ਕੀਤਾ ਘੋੜਾ ਉਸ ਚਕਾਇਆ ਤੇ ਬਾਹਰ ਸੁੱਟ ਦਿੱਤਾ ਹੁਣ ਕੁਝ ਦਿਨ ਪਏ ਤੇ ਉਹ ਜਿਹੜਾ ਬੰਦਾ ਸੀ ਨਾ ਜਿਨੇ ਘੋੜਾ ਵੇਚਿਆ ਸੀ ਉਹ ਜਦੋਂ ਬੰਦੇ ਤਲਕ ਆਲੇ ਨਾ ਜੋ ਲਾਲਚ ਆ ਜਾਂਦਾ ਵਾ ਨਾ ਤੇ ਕੰਮ ਕਰਨ ਤੋਂ ਬਾਅਦ ਫੇਜਦੇ ਕਿ ਤੇ ਮਿਲਦੇ ਤੇ ਫਿਰ ਅੱਖਾਂ ਨੀਵੀਆਂ ਤੇ ਜ਼ਰੂਰ ਹੁੰਦੀਆਂ ਉਹ ਹੁਣ ਉਹਦੇ ਤੋਂ ਨਾ ਅੱਖਾਂ ਚਰਾਵੇ ਕਿ ਯਾਰ ਮੈਂ ਤਾਂ ਧੋਖਾ ਕੀਤਾ ਮੈਨੂੰ ਇਨਾ ਇਹਨੂੰ ਘਾਟਾ ਪਾਇਆ ਵਾ ਤੇ ਹੁਣ ਇਹਨੇ ਨਾ ਇਸ ਗੱਲ ਦਾ ਬੁਰਾ ਤੇ ਮਹਿਸੂਸ ਕਰੋ ਲੇਕਿਨ ਫਿਰ ਵੀ ਨਾ ਉਹ ਆਣ ਕੇ ਉਹਨੂੰ ਮਿਲਿਆ ਸਲਾਮ ਦਵਾ ਹੋਈ ਉਹ ਕਹਿੰਦਾ ਸੁਨਾ ਫਿਰ ਉਹ ਕੀ ਬਣਿਆ ਘੋੜੇ ਦਾ ਉਹਨੇ ਕਿਹਾ ਯਾਰ ਘੋੜਾ ਤੇ ਮੈਨੂੰ ਫਾਇਦਾ ਹੀ ਬਹੁਤ ਦੇ ਕੇ ਗਿਆ ਵਾ ਉਹਨੇ ਕਿਹਾ ਉਹ ਕਿਸ ਤਰ੍ਹਾਂ ਉਹਨੇ ਕਿਹਾ 1500 ਦਾ ਲਿਆ ਸੀ 2100 ਦਾ ਵਿਗਿਆ ਸੀ 1500 ਦਾ ਲਿਆ ਸੀ 2100 ਦਾ ਵਿਕਿਆ ਮੈਨੂੰ ਤਾਂ ਤੇਰੇ ਵਾਲੇ ਕੋਡੇ ਚ ਰੁਪਈਆ 600 ਬਚੇ ਉਹਨੇ ਕਿਹਾ ਯਾਰ ਉਹ ਕਿਦਾਂ ਉਹਨੇ ਕਿਹਾ ਯਾਰ ਤੂੰ ਤੇ ਜੋ ਮੇਰੇ ਨਾਲ ਕਰ ਲਿਆ ਸੀ ਕਰ ਲਿਆ ਸੀ ਲੇਕਿਨ ਅੱਗੋਂ ਮੈਂ ਸੋਚਿਆ ਮੈਂ ਕਿਹਾ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਮੈਨੂੰ ਘਾਟਾ ਨਹੀਂ ਪੈਣ ਲੱਗਾ ਇਨਸ਼ਾ ਅੱਲਾਹ ਮੈਂ ਵੀ ਇਹਦਾ ਕੋਈ ਹੱਲ ਕੱਢਾਂਗਾ ਮੈਂ ਆਪਣਾ ਉਹ ਲਗਿਆਵਾਂ ਮੈਂ ਆਪਣੇ ਜਿਹੜੇ ਵੀ ਤਰੀਕੇ ਨਾਲ ਉਹਨੂੰ ਵੇਚਿਆ ਮੈਂ ਇੰਜ ਕਰਕੇ ਨਾ ਆਪਣਾ ਰੁਪਈਆ 600 ਬਚਾ ਲਿਆ ਇੱਕ ਮੁਕਸਰ ਗੱਲ ਕਿੱਸਾ ਮੁਕਸਰ ਹੈ ਉਹਨਾਂ ਲੋਕਾਂ ਵਾਸਤੇ ਵੀਡੀਓ ਹੈ ਜਿਹੜੇ ਹਮੇਸ਼ਾ ਹੀ ਹਾਲਾਤ ਦਾ ਰੋਣਾ ਰੋਂਦੇ ਆ ਜਿਹੜੇ ਬਹਾਨੇ ਤਲਾਸ਼ ਕਰ ਦੋਸਤੋ ਤੁਹਾਡਾ ਕੰਮ ਆ ਕਿ ਇਨਸਾਨ ਆ ਯਾਰ ਅਸੀਂ ਅਸ਼ਰਫুল ਮਖਲੂਕਾਤ ਆ ਸਾਇੰਸ ਇਨਸਾਨ ਹਰ ਚੀਜ਼ ਕਰਦਾ ਫਿਰਦਾ ਸਾਇੰਸ ਇਡੀ ਦੂਰ ਤੱਕ ਪਰਚਾਈਸ ਇਨਸਾਨ ਨੇ ਤਲਾਸ਼ ਕੀਤੀ ਹੈ ਕੀ ਕੀ ਨੇ ਇਨਸਾਨ ਕਰ ਲੈਂਦਾ ਕਦੀ ਵੀ ਦੋਸਤੋ ਬਹਾਨਾ ਨਾ ਲੱਭਿਆ ਕਰੋ ਮੌਕਾ ਲੱਭਿਆ ਕਰੋ ਔਰ ਕਾਮਯਾਬ ਸ਼ਖਸ ਬਣੋ ਕਾਮਯਾਬ ਸ਼ਖਸ ਕਦੀ ਘਾਟੇ ਨਹੀਂ ਜਾਂਦਾ ਉਹ ਹਮੇਸ਼ਾ ਹੀ ਅਗਰ ਉਹਨੂੰ ਪੈ ਵੀ ਗਿਆ ਨਾ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਇੱਥੇ ਹੀ ਪਿਆ ਵਾ ਇੱਥੇ ਇਨਸ਼ਾ ਅੱਲਾਹ ਪੂਰਾ ਕਰਨਾ ਵਾ ਤੇ ਦੋਸਤੋ ਇਹ ਅੱਜ ਦੀ ਮੇਰੀ ਵੀਡੀਓ ਇਸੇ ਚੀਜ਼ ਤੇ ਆ ਕੇ کامیابی ਦੀ ਤਰਫ ਤੁਸੀਂ ਤੁਰਨਾ ਸ਼ੁਰੂ ਕਰੋ ਇਨਸ਼ਾ ਅੱਲਾਹ ਤਾਲਾ ਅੱਲਾਹ ਪਾਕ ਤੁਹਾਡੀ ਮਦਦ ਕਰੇਗਾ ਤੇ ਹਮੇਸ਼ਾ ਵਾਸਤੇ ਪੋਜੀਟਿਵ ਸੋਚ ਰੱਖਿਆ ਕਰੋ ਠੀਕ ਹੋ ਗਿਆ ਅੱਜ ਦੀ ਮੇਰੀ ਵੀਡੀਓ ਤੁਹਾਡਾ ਲਾਲਾ ਵਕਾਰ ਆਪਣੀਆਂ ਦੁਆਵਾਂ ਜੀ ਯਾਦ ਰੱਖਿਓ ਮੇਰੇ ਚੈਨਲ ਨੂੰ ਲਾਈਕ ਵੀ ਕਰਿਓ ਔਰ ਜਿਹੜੇ ਮੇਰੇ ਨਵੇਂ ਵੇਖਣ ਵਾਲੇ ਦੋਸਤੋ ਜ਼ਰੂਰ ਸਬਸਕ੍ਰਾਈਬ ਕਰਨ ਔਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣ ਮੇਰੀ ਆਉਣ ਵਾਲੀ ਵੀਡੀਓ ਜਿਹੜੀ ਆ ਉਸੇ ਤੋਂ ਤੁਹਾਨੂੰ ਹੋਏਗਾ ਅਗਰ ਤੁਸੀਂ ਮੈਨੂੰ ਸਬਸਕ੍ਰਾਈਬ ਕਰੋਗੇ ਅਸਲਾਮੁਅਲੈਕਮ ਜੀ